ਵਾਧੇ ਅੱਗੇ RSFO ਵੱਲੋਂ 25ਵਾਂ ਕਵੀ ਦਰਬਾਰ ਬ੍ਰੈਂਪਟਨ ਦੇ ਰਾਮਗੜੀਆ ਭਵਨ ਵਿੱਚ ਕਰਵਾਇਆ ਗਿਆ, ਜੋ ਕਿ ਸਿੱਖ ਸ਼ਹੀਦਾਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ। ਪੇਸ਼ ਹੈ ਖਾਸ ਰਿਪੋਰਟ। ਹਰ ਮਹੀਨੇ ਕਰਵਾਏ ਜਾਂਦੇ ਸਰਬ ਸਾਂਝੇ ਕਵੀ ਦਰਬਾਰ ਵਿੱਚ ਅਨੇਕਾਂ ਬੁੱਧੀਜੀਵੀ, ਸ਼ਾਇਰ ਅਤੇ ਲੇਖਕ ਸ਼ਿਰਕਤ ਕਰਦੇ ਨੇ। ਇਸ ਵਾਰ 25ਵਾਂ ਕਵੀ ਦਰਬਾਰ ਰਾਮਗੜੀਆ ਭਵਨ ਵਿੱਚ ਸਿੱਖ ਸ਼ਹੀਦਾਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਰਿਹਾ। ਸਾਲ 2020 ਦਾ ਇਹ ਪਹਿਲਾ ਕਵੀ ਦਰਬਾਰ ਸੀ। ਆਏ ਹੋਏ ਕਵੀਆਂ ਅਤੇ ਸ਼ਾਇਰਾਂ ਨੇ ਇਸ ਕਵੀ ਦਰਬਾਰ ਵਿੱਚ ਸਿੱਖੀ ਨਾਲ ਸੰਬੰਧਿਤ ਕਵਿਤਾਵਾਂ ਪੜ੍ਹੀਆਂ ਅਤੇ ਸਿੱਖ ਇਤਿਹਾਸ ਦੇ ਉੱਪਰ ਆਪਣੇ ਵਿਚਾਰ ਪੇਸ਼ ਕੀਤੇ। ਉਸਰ ਰਹੀ ਖੂਨੀ ਦੀਵਾਰ, ਲਾਲ ਖੜੇ ਦੋ ਨੀ ਵਿਚਕਾਰ, ਹੋ ਰਿਹਾ ਮਸੂਮਾਂ ਉਤੇ ਇਸ ਕੀ ਦਾ ਮੈਲ ਤਿਆਰ। ਉਸਰ ਰਹੀ ਖੂਨੀ ਦੀਵਾਰ, ਅੰਬਰੀ ਰੋਇਆ ਧਰਤੀ ਰੋਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਟਾਈਮ ਮੈਂ ਜ਼ਿਆਦਾ ਨਹੀਂ ਲਊਂਗਾ। ਮੇਰੀ ਇੱਕ ਪੁਰਾਣੀ ਕਵਿਤਾ ਹੈਗੀ ਆ ਜੀ, ਮੈਂ ਤੁਹਾਨੂੰ ਉਹੀ ਸੁਣਾਉਣਾ, ਕਿਉਂਕਿ ਉਹ ਜੋ ਦੁਨੀਆ 'ਤੇ ਅੱਜ ਕੱਲ੍ਹ ਕਤਲੋ ਗਾਰਤ ਹੋ ਰਹੀ ਹੈ ਉਹਦੇ ਉੱਤੇ ਢੁੱਕਦੀ ਹੈ। ਸ਼ਾਇਦ ਮੇਰੇ ਕੋਲ ਸੱਜਣਾਂ ਨੇ ਪਹਿਲਾਂ ਸੁਣੀ ਹੋਏਗੀ ਜ਼ਰੂਰ, ਅਤੇ ਪਰ ਮੈਂ ਉਹਨੂੰ ਦੁਹਰਾਉਣਾ ਜੀ ਕਵਿਤਾ ਨੂੰ। ਇਸ ਕਵਿਤਾ ਦੇ ਵਿੱਚ ਜਾਨਵਰ ਅਤੇ ਬੰਦਿਆਂ ਦੇ ਵਿੱਚ ਜੋ ਸੋਚ ਦਾ ਫਰਕ ਹੈਗਾ ਉਹ ਦੱਸਿਆ ਗਿਆ ਕਿ ਇੱਕ ਫਰਿਸ਼ਤਾ ਜਾਨਵਰਾਂ ਅਤੇ ਮਨੁੱਖ ਦੀ ਸੋਚ ਦਾ ਵਖਰੇਵਾਂ ਦੱਸ ਕੇ ਫਿਰ ਚਲਾ ਜਾਂਦਾ ਜੀ। ਇੱਕ ਫਰਿਸ਼ਤਾ ਧਰਤੀ 'ਤੇ ਆ ਰਿਹਾ, ਉਹਦੀ ਉਹ ਜੋ ਦੇਖਦਾ। ਇਹ ਮੈਂ ਆਪਣੀ ਚਾਰ ਕਲੈਨਾਂ ਦੇ। ਧਰਤੀ 'ਤੇ ਇੱਕ ਵਾਰ ਇੱਕ ਫਰਿਸ਼ਤਾ ਸੀ ਆ ਗਿਆ, ਉਹਨੂੰ ਵੇਖ ਹਰ ਇੱਕ ਦਿਲ 'ਤੇ ਆਨੰਦ ਛਾ ਗਿਆ। ਫਰਿਸ਼ਤੇ ਨੇ ਕੀ ਵੇਖਿਆ, ਦੋ ਬੰਦੇ ਸੀ ਖੜੇ, ਪੈਸੇ ਦੇ ਪਿੱਛੇ ਦੋਵੇਂ ਸਨ ਆਪਸ ਦੇ ਵਿੱਚ ਲੜੇ। ਕਾਲੀ ਚਿੜੀ ਦੇ ਬੱਚੇ ਸਨ ਭੁੱਖ ਨਾਲ ਕੜਫਦੇ, ਉਹਨਾਂ ਨੂੰ ਇਸ ਹਾਲਤ ਵਿੱਚ ਇੱਕ ਬਿਜੜੇ ਨੇ ਤੱਕਿਆ। ਆਪਣੇ ਬੱਚਿਆਂ ਤੋਂ ਪਹਿਲਾਂ ਚੋਗਾ ਲਿਆ ਕੇ ਉਸਨੇ ਕਾਲੀ ਚਿੜੀ ਦੇ ਬੱਚਿਆਂ ਦੇ ਅੱਗੇ ਰੱਖਿਆ। ਉਹਨੇ ਅੱਗੇ ਜਾ ਕੇ ਵੇਖਿਆ, ਇੱਕ ਭਾਈ ਨੇ ਭਾਈ ਆਪਣਾ ਉਸਦੇ ਹਿੱਸੇ ਦੀ ਜ਼ਮੀਨ ਤੋਂ ਪਿੱਛੇ ਪਛਾੜਤਾ। ਵੇਖਿਆ ਕਿ ਝਗੜਾ ਵੱਧ ਗਿਆ ਅਤੇ ਕਤਲ ਹੋ ਗਿਆ, ਇੱਕ ਭਾਈ ਨੇ ਭਾਈ ਆਪਣਾ ਮਾਂ ਜਾਇਆ ਮਾਰਤਾ। ਧਿਆਨ ਦੇਣਾ ਜੀ, ਦੋ ਲੂੰਬੜਾਂ ਨੂੰ ਆਪਸ ਦੇ ਵਿੱਚ ਲੜਦਿਆਂ ਵੇਖ ਕੇ ਇੱਕ ਹਿਰਨ ਬੋਲਿਆ। ਦੋ ਲੂੰਬੜਾਂ ਨੂੰ ਆਪਸ ਦੇ ਵਿੱਚ ਲੜਦਿਆਂ ਵੇਖ ਕੇ ਇੱਕ ਹਿਰਨ ਬੋਲਿਆ, ਆਪਸ ਦੇ ਵਿੱਚ ਝਗੜ ਕੇ ਤੁਸੀਂ ਆਹ ਕੀ ਕਰ ਰਹੇ ਹੋ, ਓਏ ਜਾਨਵਰ ਬਣੋ ਜਾਨਵਰ, ਐਵੇਂ ਕਿਉਂ ਬੰਦਿਆਂ ਦੀ ਤਰ੍ਹਾਂ ਲੜ ਰਹੇ ਹੋ। ਦੋ ਲੂੰਬੜ ਲੜਦਿਆਂ ਵੇਖ ਕੇ ਇੱਕ ਹਿਰਨ ਬੋਲਿਆ, ਆਪਸ ਦੇ ਵਿੱਚ ਝਗੜ ਕੇ ਤੁਸੀਂ ਆਹ ਕੀ ਕਰ ਰਹੇ ਹੋ, ਓਏ ਜਾਨਵਰ ਬਣੋ ਜਾਨਵਰ, ਐਵੇਂ ਕਿਉਂ ਬੰਦਿਆਂ ਦੀ ਤਰ੍ਹਾਂ ਲੜ ਰਹੇ ਹੋ। ਫਰਿਸ਼ਤੇ ਨੇ ਬਹਿ ਕੇ ਸੋਚਿਆ ਅਤੇ ਦੁਖੀ ਹੋ ਗਿਆ। ਉਸ ਸੋਚਿਆ ਕਿ ਬੰਦੇ ਤਾਂ ਇਸ ਥਾਂ ਪੈਸੇ ਦੇ ਮੀਤ ਨੇ, ਜਿਨ੍ਹਾਂ ਵਿੱਚ ਹੈ ਅਮਨ ਅਤੇ ਸ਼ਾਂਤੀ ਦੀ ਭਾਵਨਾ ਧਰਤੀ ਦੇ ਉੱਤੇ, ਬੰਦਿਆਂ ਨਾਲੋਂ ਤਾਂ ਇਸ ਥਾਂ ਜਾਨਵਰ ਹੀ ਠੀਕ ਨੇ, ਬੰਦਿਆਂ ਨਾਲੋਂ ਤਾਂ ਇਸ ਥਾਂ ਜਾਨਵਰ ਹੀ ਠੀਕ। ਰਾਮਗੜੀਆ ਸਿੱਖ ਫਾਊਂਡੇਸ਼ਨ ਆਫ ਓਨਟਾਰੀਓ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇੱਕ ਮਾਸਿਕ ਸਰਬ ਸਾਂਝਾ ਜਿਹੜਾ ਕਵੀ ਦਰਬਾਰ ਕਰਵਾਇਆ ਜਾਂਦਾ ਹੈ। ਸੋ ਨਵੇਂ ਸਾਲ ਦਾ ਇਹ ਪਹਿਲਾ ਸਰਬ ਸਾਂਝਾ ਕਵੀ ਦਰਬਾਰ ਸੀ ਔਰ ਇਹ ਸਮਰਪਿਤ ਸੀ ਨਵੇਂ ਸਾਲ ਨੂੰ ਔਰ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 353 ਪ੍ਰਕਾਸ਼ ਉਤਸਵ ਨੂੰ। ਸੋ ਕਹਿੰਦੇ ਨੇ, ਸਿੱਖੀ ਸਰਦਾਰ ਸਿਦਕ ਅਤੇ ਸੂਰਮੇ ਸੱਸੇ ਤੋਂ ਹੀ ਤੁਰਦੇ ਨੇ। ਸੋ ਪੰਜਾਬੀ ਵਰਨ ਵਾਲਾ ਦਾ ਚੌਥਾ ਅੱਖਰ ਸੱਸਾ ਸਰਦਾਰ ਸਿੱਖੀ ਸਿਦਕ ਦੇ ਨਾਲ ਜੁੜਿਆ ਹੋਇਆ ਹੈ। ਸੋ ਇਹ ਜਿਹੜਾ ਸਰਬ ਸਾਂਝਾ ਕਵੀ ਦਰਬਾਰ, ਇਤਫਾਕਨ ਜਿਹੜਾ ਇਹ ਵੀ ਸੱਸੇ ਤੋਂ ਹੀ ਤੁਰਦਾ ਹੈ, ਸਰਬ ਸਾਂਝਾ ਕਵੀ ਦਰਬਾਰ। ਸੋ ਸਾਨੂੰ ਮਾਣ ਹੈ ਕਿ ਅਸੀਂ ਇਹ ਜਿਹੜਾ ਸਰਬ ਸਾਂਝਾ ਕਵੀ ਦਰਬਾਰ ਹੈ ਨਵੇਂ ਸਾਲ ਦਾ ਪਹਿਲਾ ਸਮਰਪਿਤ ਕੀਤਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ। ਅਤੇ ਇੱਕ ਬੇਨਤੀ ਹੈ ਕਿ ਆਉਂਦੇ ਮਹੀਨੇ ਦੇ ਵਿੱਚ, ਕਿਉਂਕਿ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਨੂੰ ਇਹ ਜਿਹੜਾ ਸਰਬ ਸਾਂਝਾ ਕਵੀ ਦਰਬਾਰ ਕਰਵਾਇਆ ਜਾਂਦਾ ਹੈ, ਬੇਨਤੀ ਹੈ ਇਹ ਹੈ ਪਰਿਵਾਰਾਂ ਨੂੰ, ਸਾਰਿਆਂ ਨੂੰ, ਕਿ ਆਪਣੇ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਆਓ ਇੱਥੇ, ਕਿਉਂਕਿ ਇੱਥੇ ਬਹੁਤ ਸਾਰੇ ਵਿਦਵਾਨ, ਬਹੁਤ ਸਾਰੇ ਕਵੀ, ਬਹੁਤ ਸਾਰੇ ਬੁੱਧੀਜਨ ਪਹੁੰਚਦੇ ਨੇ, ਜਿਨ੍ਹਾਂ ਤੋਂ ਸਿੱਖਣ ਨੂੰ ਬਹੁਤ ਕੁਛ ਮਿਲਦਾ ਹੈ। ਮੈਂ ਵੀ ਜਿਹੜਾ ਹੈ ਇੱਕ ਮੈਨੂੰ ਰੀਪ੍ਰਜੈਂਟੇਟਿਵ ਮੰਨਿਆ ਜਾਂਦਾ ਹੈ ਇੱਥੇ ਜਿਹੜੇ ਨੌਜਵਾਨ ਕਵੀ ਨੇ ਉਹਨਾਂ ਦੇ ਲਈ। ਸੋ ਮੈਂ ਉਹਨਾਂ ਨੂੰ ਵੀ, ਇੰਟਰਨੈਸ਼ਨਲ ਸਟੂਡੈਂਟ ਸਪੈਸ਼ਲੀ, ਉਹਨਾਂ ਨੂੰ ਵੀ ਇੱਕ ਬੇਨਤੀ ਕਰਦਾ ਹਾਂ ਕਿ ਜ਼ਰੂਰ ਤੁਸੀਂ ਇਸ ਸਰਬ ਸਾਂਝਾ ਕਵੀ ਦਰਬਾਰ ਦੇ ਵਿੱਚ, ਜੇ ਤੁਹਾਡਾ ਪੈਸ਼ਨ ਲਿਖਣਾ, ਬੋਲਣਾ, ਮੀਡੀਆ ਦੇ ਲਾਈਨ ਦੇ ਵਿੱਚ ਵੀ ਜੇ ਤੁਸੀਂ ਜੁੜਨਾ ਚਾਹੁੰਦੇ ਹੋ ਅਤੇ ਹੋਰ ਵੀ ਜੇ ਤੁਸੀਂ ਸਿੱਖੀ ਦੇ ਨਾਲ ਵੀ ਜੁੜਨਾ ਚਾਹੁੰਦੇ ਹੋ ਤਾਂ ਜ਼ਰੂਰ ਇਸ ਕਵੀ ਦਰਬਾਰ ਦੇ ਵਿੱਚ ਪਹੁੰਚੋ। ਪਰਿਵਾਰਾਂ ਨੂੰ ਮੇਰੀ ਖਾਸ ਤੌਰ 'ਤੇ ਬੇਨਤੀ ਹੈ
कि सह परिवार आवो, बच्चों नू नाल लियावो, उन्हां नू दसो कि पंजाबीयत नू असी किवें प्रफुल्लित कर सकते हाँ ते किवें असी अपने पंजाब नू ते पंजाबीयत नू बचा सकते हाँ। बहुत बहुत धन्यवाद, सत श्री अकाल। अज दा कवि दरबार रामगढ़िया सिख फाउंडेशन ऑफ ओंटारियो वालों अज ये 25वां कवि दरबार ते उपर वाले की कृपा दे नाल अज आपां जो तीसरे साल विच दाखिल हो गए हैं, ये सारी सारे कविजन लेखक जन बुद्धिजीवी उन्हां दी साढ़े नाल जो मेल जोल वो वधा के रखते हैं ते नाल ही नाल साढ़े ते मैं कहना कि इस गल की कृपा करते कि इत्थे आण के हर महीने हाजरियां लवाउंदे आ अपनियां नवीं नवीं रचनावां नाल सानू स्रोतियां नू उहदे नाल सांझियां करदे आ कि नवीं चीज़ां सानू दिंदे आ। मैं उहनां नू बहुत बहुत जीआं कहिंदा ते नाल ही नाल अज नवें साल दा इह विच इह पहला प्रोग्राम आपां करा रहे हां ते नवें साल दीआं वी सारिआं नू बहुत बहुत मुबारकां पेश करदे हां ते नाल ही नाल जो अज दा कवि दरबार आ इह साहिब श्री गुरु गोबिंद सिंह जी दे जो 353वें प्रकाश पर्व नू आपां समर्पित कीता उस जो उत्सव दियाँ उस पर्व दियाँ भी सारी लोकाई नू बहुत बहुत मुबारक दिंदे आ ते बेनती करदे आ कि अपने परिवार नू अपने बच्चों नू आने वाली पीढ़ी नू अपने नाल जोड़न नू पंजाबी ते सिखी नाल जोड़न नू थोड़ा जिहा उद्यम करिया करो कि इत्थे जरूर हर महीने जो पहले शनिवार आपां प्रोग्राम कराउने आ ते उहदे विच बच्चों नू जरूर लैके आया करो ते नाल ही नाल जो नौजवान स्टूडेंट है इंटरनेशनल स्टूडेंट खास करके वह भी जरूर इहदे विच भाग लिया करन ता ही इदां दे प्रोग्राम सानू भी चंगा लगता बच्चे उहदे विच आउण ते नवीं पीढ़ी तक जो साडा सुनेहा जो साडी जिम्मेवारी आ उह असीं निभा रहे हां पर बच्चों का भी फर्ज आ उह भी जरूर इत्थे आण के हाजरी लवाया करन ते कुछ ना कुछ सीख के जाया करन। मैं सारे आए हुए सज्जणा दा बहुत बहुत धन्यवाद करदा। अज बड़ी खुशी की गल है कि रामगढ़िया सिख फाउंडेशन वालों शुरू किए गए सरबसांझे पंजाबी कविदार दा अज 25वां दरबार चल रहा है जिहड़ा इस साल का पहला कवि दरबार है। ये कवि दरबार किसी एक मजहब किसी एक सैक्ट नाल जुड़ के नहीं सगों सरबसांझा कवि दरबार जिन्हों सारयां दा विच शमूलीयत समझ लो, कोई छोटा बड़ा किसी भी जात पात का कोई वो विचार नहीं उहदे हिसाब नाल करवाया जाता है। अज बड़ी खुशी की गल है कि वड्डी गिणती विच कविजन ते पतवंते सज्जन पधारे ने और मैं सारे नू गुरु गोबिंद सिंह जी दे जन्मदिन की बधाई दिना। वाहिगुरू जी का खालसा, वाहिगुरू जी। चढ़दी कला टाइम टीवी दे लई टोरंटो तो चमकौर माछी की रिपोर्ट।